ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਭਾਈ ਜਸਵਿੰਦਰ ਸਿੰਘ ਜੀ ਪੂਛਾਂ, ਅੱਜ ਅਸੀਂ ਆਪਣੇ ਨਗਰ ਪੂਛਾਂ ਵਿਖੇ ਹੀ ਖੜ੍ਹੇ ਹਾਂ ਜੀ। ਇੱਥੇ ਇੱਕ ਪਰਿਵਾਰ ਹੈ ਜੀ, ਬਹੁਤ ਹੀ ਲੋੜਵੰਦ ਪਰਿਵਾਰ ਹੈ ਜੀ। ਇਹ ਸਰਦਾਰ ਰੂੜ ਸਿੰਘ ਜੀ ਨੇ, ਅਤੇ ਇਹਨਾਂ ਦੇ ਘਰ ਵਿਖੇ ਅਸੀਂ ਆ ਇੱਕ ਲੈਟਰਿੰਗ ਬਣਾ ਕੇ ਦੇ ਰਹੇ ਹਾਂ। ਇਹਨਾਂ ਦੇ ਘਰ ਵਿਖੇ ਲੈਟਰਿੰਗ ਦੀ ਬਹੁਤ ਪ੍ਰੋਬਲਮ ਸੀ ਇਹਨਾਂ ਨੂੰ, ਅਤੇ ਧਰਮ ਪਤਨੀ ਇਹਨਾਂ ਦੀ ਉਹ ਅੰਗਹੀਣ ਹੈ, ਲੰਘਾ ਕੇ ਤੁਰਦੀ ਹੈ, ਅਤੇ ਬਾਹਰ ਅੰਦਰ ਬੰਦਾ ਜਾ ਨਹੀਂ ਸਕਦਾ, ਅਤੇ ਵੈਸੇ ਵੀ ਥੋੜ੍ਹਾ ਜਿਹਾ ਉਹ ਸਿੱਧੇ ਨੇ, ਅਤੇ ਬਹੁਤ ਜ਼ਿਆਦਾ ਪ੍ਰੋਬਲਮ ਸੀ। ਇਹ ਜਿਹੜੇ ਸਾਡੇ ਵੀਰ ਨੇ, ਇਹਨਾਂ ਦੇ ਮਾੜਾ ਕਰਮ ਹੈ, ਕਈ ਵਾਰੀ ਮਾੜਾ ਕਰਮ ਅੱਗੇ ਆ ਜਾਂਦਾ, ਅਤੇ ਇਹ ਗਲਤ ਕੰਮ ਕਰ ਬੈਠਦੇ ਨੇ, ਜਿਵੇਂ ਸ਼ਰਾਬ ਮੀਟ ਖਾ ਬੈਠਦੇ ਨੇ। ਵੈਸੇ ਬਹੁਤ ਵਧੀਆ ਸੁਭਾਅ ਦੇ ਬੰਦੇ ਨੇ, ਪਰ ਜਦੋਂ ਕਿਤੇ ਕੋਈ ਮਾੜਾ ਕਰਮ ਅੱਗੇ ਆ ਜਾਂਦਾ ਤਾਂ ਫਿਰ ਇਹ ਗਲਤ ਕੰਮ ਕਰ ਬੈਠਦੇ, ਸ਼ਰਾਬ ਪੀ ਲੈਂਦੇ ਨੇ। ਪਰ ਅਸੀਂ ਇਹਨਾਂ ਨੂੰ ਮੁੱਖ ਨਹੀਂ ਰੱਖਿਆ, ਨਾ ਧਰਮ ਪਤਨੀ ਮੁੱਖ ਰੱਖੀ, ਕਿ ਧਰਮ ਪਤਨੀ ਇਹਨਾਂ ਦੀ ਅੰਗਹੀਣ ਹੈ ਅਤੇ ਥੋੜ੍ਹੇ ਸਿੱਧੇ ਵੀ ਨੇ, ਅਤੇ ਇਹ ਬਾਹਰ ਅੰਦਰ ਕਿਸ ਤਰ੍ਹਾਂ ਜਾਣਗੇ। ਇਸ ਕਰਕੇ ਅਸੀਂ ਇਹਨਾਂ ਨੂੰ ਲੈਟਰਿੰਗ ਬਣਾ ਕੇ ਦੇਖੀ। ਵਾਹਿਗੁਰੂ ਜੀ ਦਿਖਾਇਆ ਜ਼ਰਾ, ਲੈਟਰਿੰਗ ਬਣਾ ਕੇ ਦਿੱਤੀ ਇਹਨਾਂ ਨੂੰ ਅਸੀਂ। ਅਸੀਂ ਕਿਹਾ ਚਲੋ, ਕਿਉਂਕਿ ਧਰਮ ਪਤਨੀ ਇਹਨਾਂ ਦੀ ਬਾਹਰ ਅੰਦਰ ਜਾ ਨਹੀਂ ਸਕਦੇ ਜੀ। ਆ ਕਮਰਾ ਤਿਆਰ ਕਰਤਾ, ਸਾਰੇ ਖੱਡੇ ਤਿਆਰ ਕਰਤੇ ਨੇ, ਸੀਟ ਲਾਦ ਲੱਗੇ ਆ, ਮਿਸਤਰੀ ਲੱਗੇ ਹੋਏ ਨੇ। ਤੁਸੀਂ ਕੁਛ ਕਹਿਣਾ ਚਾਹੁੰਦੇ ਵਾਹਿਗੁਰੂ? ਵਾਹਿਗੁਰੂ ਜੀ, ਇਹ ਵੀਰ ਜੀ ਕਹਿ ਰਹੇ ਨੇ ਕਿ ਤੁਹਾਡੀ ਮਿਹਰਬਾਨੀ ਹੈ, ਸਾਡੀ ਕੋਈ ਮਿਹਰਬਾਨੀ ਨਹੀਂ ਜੀ। ਹਾਂਜੀ ਵਾਹਿਗੁਰੂ, ਤੁਸੀਂ ਕੁਛ ਕਹਿਣਾ ਚਾਹੁੰਦੇ ਹੋ ਇਹ ਧਰਮ ਪਤਨੀ ਇਹਨਾਂ ਦੀ? ਮੈਂ ਕਹਿਣਾ ਚਾਹੁੰਦੀ, ਦੱਸੋ ਮੇਰਾ ਸਭ ਕੁਝ ਸਵਾਲ ਜਿਹਾ ਤੁਹਾਡੀ ਆਸਰਾ ਨਾਲ। ਵਾਹਿਗੁਰੂ ਜੀ, ਦੇਖੋ ਰੱਬ ਦੇ ਜੀ ਨੇ ਜੀ, ਇਹ ਰੱਬ ਦੇ ਜੀ ਨੇ, ਇਹ ਪਰਮਾਤਮਾ ਆਪ ਇਹਨਾਂ 'ਚ ਬੋਲਦਾ, ਕਹਿੰਦੇ ਸਾਡਾ ਸਾਰਾ ਕੁਝ ਸਫਰ ਗਿਆ ਤੁਹਾਡੇ ਆਸਰੇ ਨਾਲ ਜੀ। ਅਸੀਂ ਕੁਝ ਨਹੀਂ ਕੀਤਾ ਜੀ, ਪਰਮਾਤਮਾ ਕਰਨ ਵਾਲਾ ਜੀ। ਕਬੀਰ ਨਾ ਹਮ ਕੀਆ ਨਾ ਕਰਹੇਂਗੇ, ਨਾ ਕਰ ਸਕੇ ਸਰੀਰ, ਕਿਆ ਜਾਣੋ ਕਿਛ ਹਰ ਕੀਆ, ਭਇਓ ਕਬੀਰ ਕਬੀਰ। ਪਰਮਾਤਮਾ ਆਪ ਹੀ ਕਰਨ ਵਾਲਾ ਜੀ, ਬੰਦਾ ਕੁਝ ਨਹੀਂ ਕਰਨ ਵਾਲਾ। ਬੰਦਾ ਇੱਕ ਹੀਲਾ ਵਸੀਲਾ ਕਰ ਸਕਦਾ, ਪਰ ਸਾਰਾ ਕੁਛ ਪਰਮਾਤਮਾ ਕਰਨ ਵਾਲਾ ਜੀ। ਗੁਰੂ ਪਿਆਰੀ ਸਾਹਿਬ ਸੰਗਤ ਜੀ, ਉਹ ਅਸੀਂ ਇਹਨਾਂ ਨੂੰ ਲੈਟਰਿੰਗ ਬਣਾ ਕੇ ਦੇ ਰਹੇ ਹਾਂ ਜੀ। ਬੋਲਣ ਤਾਂ ਨਹੀਂ ਹੋ ਰਿਹਾ, ਕਿਉਂਕਿ ਇਹਨਾਂ ਦੀ ਆ ਦੇਖੋ ਤੁਸੀਂ ਰਸੋਈ ਵੀ ਦੇਖੋਗੇ, ਅਤੇ ਆਹ ਰਸੋਈ ਨਿੱਕੀ ਜਿਹੀ ਬਣਾਈ, ਦਿਖਾਇਓ ਅੱਗੇ ਆ ਕੇ। ਆਹ ਰਸੋਈ ਵੀ ਨਿੱਕੀ ਜਿਹੀ ਇਹਨਾਂ ਨੇ ਬਣਾਈ, ਅਤੇ ਧੂੰਆਂ ਬਹੁਤ ਆ ਰਿਹਾ ਵਿੱਚੋਂ। ਆਹ ਬਹੁਤ ਨੀਵੀਂ ਰਸੋਈ ਜੇ ਆਪਾਂ ਇਹਦੇ ਅੰਦਰ ਵੜੀਏ, ਅਤੇ ਬਹੁਤ ਜ਼ਿਆਦਾ ਨੀਵੀਂ ਰਸੋਈ ਹੈ। ਅਤੇ ਆਹ ਕਮਰਾ ਵੀ ਇਹਨਾਂ ਦਾ ਪੂਰਾ ਢੱਠਣ ਵਾਲਾ ਜੀ, ਤੁਹਾਨੂੰ ਕਮਰਾ ਵਿਖਾਵਾਂਗੇ। ਆਇਓ ਜ਼ਰਾ ਜੀ, ਅੰਦਰ ਆਇਓ ਜੀ। ਆਹ ਕਮਰਾ ਵੀ ਇਹਨਾਂ ਦਾ ਢੱਠਣ ਵਾਲਾ ਪੂਰਾ ਜੀ, ਬਹੁਤ ਜ਼ਿਆਦਾ ਅੰਦਰ ਆ। ਦੇਖੋ ਸਾਰੇ ਬਾਲੇ ਖਾਧੇ ਹੋਏ ਨੇ, ਦਿਖਾਇਓ ਉੱਪਰ ਜੀ, ਸਾਰੇ ਬਾਲੇ ਖਾਧੇ ਹੋਏ ਨੇ। ਆਹ ਦੇਖੋ ਇਹਨਾਂ ਨੇ ਇੱਥੇ ਆਹ ਲਾਈ ਆ, ਥੰਮੀ ਜੀ ਲਾਈ, ਥੱਲੇ ਸਪੋਰਟ ਲਾਈ ਹੋਈ ਹੈ, ਅਤੇ ਬਹੁਤ ਜ਼ਿਆਦਾ ਪ੍ਰੋਬਲਮ 'ਚ ਨੇ ਜੀ, ਬਹੁਤ ਜ਼ਿਆਦਾ। ਮੈਂ ਫਿਰ ਬੇਨਤੀ ਕਰਦਾ ਗੁਰੂ ਪਿਆਰੀ ਸਾਧ ਸੰਗਤ ਜੀ, ਜੇ ਅਸੀਂ ਇਹਨਾਂ ਦੇ ਬੰਦੇ ਵੱਲ ਜਾਈਏ ਤਾਂ ਉਹਦਾ ਮਾੜਾ ਕਰਮ ਕਈ ਵਾਰੀ ਅੱਗੇ ਆ ਜਾਂਦਾ, ਅਤੇ ਉਹ ਸ਼ਰਾਬ ਪੀਂਦਾ। ਪਰ ਅਸੀਂ ਉਹਨਾਂ ਦੇ ਬੰਦੇ ਦੀ ਮਤਲਬ ਗੱਲ ਨਹੀਂ ਦੇਖੀ, ਕਿਉਂਕਿ ਅਸੀਂ ਦੇਖਿਆ ਕਿ ਸੇਵਾ ਭਾਵਨਾ ਦੇ ਨਾਲ ਉਹ ਦੇਖੋ ਉੱਥੇ ਵੀ ਇੱਟਾਂ ਲਾਈਆਂ ਹੋਈਆਂ ਇਹਨਾਂ ਨੇ, ਥੱਲੇ ਬਾਲਿਆਂ ਦੇ ਇੱਟਾਂ ਲਾਈਆਂ ਹੋਈਆਂ, ਅਤੇ ਮਤਲਬ ਡਿੱਗਣ ਵਾਲਾ ਹੀ ਇਹ ਕਮਰਾ। ਅਸੀਂ ਦੇਖਿਆ ਇਹਨਾਂ ਦੀ ਧਰਮ ਪਤਨੀ, ਤੁਸੀਂ ਦੇਖੋ ਧਰਮ ਪਤਨੀ ਇਹਨਾਂ ਦੀ, ਰੱਬ ਦਾ ਜੀ ਹੈ ਜੀ, ਅੰਗਹੀਣ ਨੇ ਅਤੇ ਥੋੜ੍ਹੇ ਸਿੱਧੇ ਵੀ ਨੇ। ਅਸੀਂ ਇਹਨਾਂ ਵੱਲ ਦੇਖਿਆ ਕਿ ਚਲੋ ਇਹਨਾਂ ਦੇ ਪੈਰਾਂ ਪਿੱਛੇ ਅਸੀਂ ਕੋਈ ਸੇਵਾ ਕਰੀਏ ਇਹਨਾਂ ਦੀ, ਅਤੇ ਇਸ ਕਰਕੇ ਅਸੀਂ ਇਹਨਾਂ ਨੂੰ ਲੈਟਰਿੰਗ ਬਣਾ ਕੇ ਦਿੱਤੀ, ਨਾਲ ਆਪਾਂ ਕਮਰਾ ਵੀ ਛੱਤ ਹੈ। ਅਤੇ ਬਹੁਤ ਬਹੁਤ ਧੰਨਵਾਦ NRI ਵੀਰਾਂ ਦਾ, ਸਹਿਯੋਗੀ ਵੀਰਾਂ ਦਾ, ਜਿਹੜਾ ਸਾਡਾ ਸਾਥ ਦਿੰਦੇ ਨੇ। ਸਾਡੀ ਕੋਈ ਵੀਡੀਓ ਵੀ ਦੇਖਣੀ ਹੋਵੇ ਤਾਂ ਆਪ ਜੀ ਯੂਟਿਊਬ 'ਤੇ ਵਾਹਿਗੁਰੂ ਵਾਸਰਾ ਚੈਨਲ ਬਣਿਆ ਹੋਇਆ, ਉੱਥੇ ਆਪ ਜੀ ਦੇਖ ਸਕਦੇ ਹੋ। ਫੇਸਬੁੱਕ 'ਤੇ ਵੀ ਵਾਹਿਗੁਰੂ ਵਾਸਰਾ ਸਾਡਾ ਪੇਜ ਬਣਿਆ ਹੋਇਆ, ਉੱਥੇ ਵੀ ਜੇ ਕੋਈ ਵੀਡੀਓ ਆਪ ਜੀ ਨੇ ਦੇਖਣੀ ਹੋਵੇ ਤਾਂ ਦੇਖ ਸਕਦੇ ਹੋ। ਗੁਰੂ ਪਿਆਰੀ ਸਾਧ ਸੰਗਤ ਜੀ, ਉਹ ਸਾਡੀਆਂ ਜਿੰਨੀਆਂ ਵੀਡੀਓ ਵੀ ਸੇਵਾ ਵਾਲੀਆਂ ਅਪਲੋਡ ਹੁੰਦੀਆਂ, ਉਹ ਯੂਟਿਊਬ 'ਤੇ ਵਾਹਿਗੁਰੂ ਵਾਸਰਾ ਚੈਨਲ ਬਣਿਆ ਹੋਇਆ, ਉਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ, ਤਾਂ ਜੋ ਕੋਈ ਲੋੜਵੰਦ ਪਰਿਵਾਰ ਹੋਰ ਵੀ ਦੇਖ ਸਕੇ ਵੀਡੀਓ, ਅਤੇ ਸਾਡੇ ਤੱਕ ਪਹੁੰਚ ਕਰ ਸਕੇ ਜੀ। ਗੁਰੂ ਨਾਨਕ ਸਾਹਿਬ ਇਸ ਤਰ੍ਹਾਂ ਹੀ ਸਿਰ 'ਤੇ ਹੱਥ ਰੱਖ ਕੇ ਸੇਵਾ ਲੈਂਦੇ ਰਹਿਣ। ਬਹੁਤ ਬਹੁਤ ਧੰਨਵਾਦ NRI ਵੀਰਾਂ ਦਾ, ਸਹਿਯੋਗੀ ਵੀਰਾਂ ਦਾ। ਵਾਹਿਗੁਰੂ ਜੀ ਕਾ ਖਾਲਸਾ।